ਲਓ ਜੀ, ਤੁਹਾਡੇ ਸਾਰਿਆਂ ਦਾ ਸਵਾਗਤ ਕਰਦੇ ਹਾਂ ਜੀ ਇੱਕ ਹੋਰ ਘੈਂਟ ਵੀਡੀਓ ਵਿੱਚ। ਇਹ ਜੀ ਵੀਡੀਓ ਅਸੀਂ ਪਹਿਲਾਂ ਵੀ ਸ਼ੇਅਰ ਕੀਤੀ ਸੀ, ਪਰ ਉਹਦੇ ਵਿੱਚ ਜਿਹੜਾ ਇਹ ਪੱਖੇ ਦਾ ਪਾਣੀ ਵਾਲੇ ਦਾ ਸਾਈਜ਼ ਸੀ ਬਹੁਤ ਹੀ ਛੋਟਾ ਸੀਗਾ। ਅੱਜ ਬਹੁਤ ਹੀ ਵੱਡਾ ਹੈਵੀ ਬਣਿਆ ਪਾਣੀ ਵਾਲਾ ਪੱਖਾ ਤੁਹਾਡੇ ਸਾਹਮਣੇ ਲੈ ਕੇ ਆਏ ਹਾਂ। ਤੁਹਾਡੇ ਏਰੀਏ ਦੇ ਵਿੱਚ ਇਹਨੂੰ ਕੀ ਕਿਹਾ ਜਾਂਦਾ ਸਾਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ। ਸਭ ਤੋਂ ਪਹਿਲਾਂ ਦੱਸ ਦਈਏ ਵੀ ਇਹ ਨਾ ਵੀ ਕਿੱਡਾ ਇਹਦਾ ਸਾਈਜ਼ ਹੈ ਜੀ। 22 ਇੰਚੀ ਇਹਦੇ ਉੱਪਰ ਪਾਈਪ ਲੱਗੀ ਹੋਈ ਜੀ, 22 ਇੰਚੀ ਇਹਦਾ ਪ੍ਰੈਸ਼ਰ ਪਾਣੀ ਹੈ ਜੀ। ਤੁਸੀਂ ਦੇਖੋਗੇ ਵੀਡੀਓ ਦੇ ਵਿੱਚ ਅੱਗੇ ਇਹਨਾਂ ਨੇ ਚਲਾ ਕੇ ਵੀ ਹੈ ਨਾ ਸਾਰਾ ਦਿਖਾਇਆ ਹੋਇਆ ਹੈ। 22 ਇੰਚੀ ਤੁਸੀਂ ਦੇਖ ਲਓ ਵੀ ਕਿੰਨਾ ਜ਼ਿਆਦਾ ਹੈ ਨਾ ਪਾਣੀ ਹੋ ਜਾਂਦਾ ਯਾਰ। ਆਪਣੀਆਂ ਮੋਟਰਾਂ ਹੈ ਨਾ 5-6 ਇੰਚੀ ਮਸਾਂ ਹੁੰਦੀਆਂ ਨੇ, ਅਤੇ ਇੰਨਾ ਪਾਣੀ ਇਹਨੂੰ ਸਿਸਟਮ ਸਾਹਮਣਾ। ਤਾਂ ਤੁਸੀਂ ਦੇਖੋ ਪੱਖੇ ਜ਼ਿਆਦਾਤਰ ਆਪਣੇ ਜਿਹੜੇ ਪੰਜਾਬ ਹਰਿਆਣਾ ਵਿੱਚ ਵਰਤੇ ਜਾਂਦੇ ਨੇ ਉਹ 8 ਇੰਚੀ 10 ਇੰਚੀ ਹੈ ਨਾ 6 ਇੰਚੀ ਪੱਖੇ ਆਉਂਦੇ ਨੇ, ਅਤੇ ਪਰ ਇਹ 22 ਇੰਚੀ ਪੱਖਾ ਯਾਰ ਤੁਸੀਂ ਦੇਖਿਓ ਵੀ ਇੱਕ ਇਹ ਨਾ ਟੋਭਾ ਜਿਹਾ ਖਾਲੀ ਕਰ ਰਹੇ ਨੇ, ਅਤੇ ਕੇਲੀਆਂ ਕੂਲੀਆਂ ਜੀ ਉਹਦੇ ਵਿੱਚ ਕਾਫੀ ਹੋ ਰਹੀਆਂ ਸੀਗੀਆਂ, ਅਤੇ ਉਹਨੂੰ ਦੂਸਰੇ ਵਿੱਚ ਕੱਢ ਰਹੇ ਨੇ ਵੀ ਇਹਨੂੰ ਸਫਾਈ ਕਰਨ ਖਾਤਰ। ਅਤੇ ਹੁਣ ਇਹਨਾਂ ਨੇ ਚਲਾ ਲਿਆ ਹੈ ਨਾ, ਅਤੇ ਇਹਨੂੰ ਸੈਟਿੰਗ ਕਰਕੇ ਰੱਖਣਗੇ। ਅਤੇ ਤੁਸੀਂ ਦੇਖੋ ਵੀ ਇਹ 2 ਟਾਇਰਾਂ ਦੇ ਉੱਤੇ ਬਣਾ ਰੱਖਿਆ ਸਿਸਟਮ ਜਿਹਾ, ਅਤੇ 1 ਟਾਇਰ ਇਹਦੇ ਗਾਂਹ ਲੱਗਿਆ ਹੋਇਆ, ਉੱਪਰੀ ਇੰਜਣ ਫਿੱਟ ਹੈ, ਪੂਰਾ ਬੈਲੈਂਸ ਜਿਹਾ ਬਣਾ ਰੱਖਿਆ ਜੀ, ਗੱਲਬਾਤ ਪੂਰੀ ਕਰ ਰੱਖੀ ਹੈ। ਅਤੇ ਤੁਸੀਂ ਦੇਖੋਗੇ ਜੀ ਪੂਰਾ ਵਧੀਆ, ਕੋਈ ਜੁਗਾੜ ਜਿਹਾ ਨਹੀਂ ਲੱਗਦਾ ਵੀ ਪੂਰਾ ਵਧੀਆ ਇਹਨਾਂ ਨੇ ਆਪਦਾ ਤਿਆਰ ਕਰਿਆ ਹੋਇਆ ਇਹ। ਅਤੇ ਇਹ ਤੁਸੀਂ ਦੇਖ ਸਕਦੇ ਹੋ ਜੀ ਇਹ ਪੂਰੀ ਸੈਟਿੰਗ ਕਰ ਰਹੇ ਨੇ, ਸੈਟਿੰਗ ਕਰਕੇ ਅਤੇ ਫਿਰ ਇਹਨੂੰ ਇਹ ਚਲਾ ਦੇਣਗੇ। ਅਤੇ ਤੁਸੀਂ ਦੇਖਿਓ ਵੀ ਇਹਦੇ ਜਿਹੜਾ ਪਾਣੀ ਸੁੱਟਣ ਵਾਲਾ ਪਾਸਾ ਅਤੇ ਉਹ ਵੀ ਇੰਜਣ ਦੇ ਥੱਲੇ ਪਾਸੇ ਆ, ਤੁਸੀਂ ਦੇਖ ਰਹੇ ਹੋਵੋਗੇ ਸਾਹਮਣੇ ਵੀ ਪਾਣੀ ਸੁੱਟਣ ਵਾਲਾ ਵੀ ਪਤੰਦਰਾਂ ਨੇ ਇੰਜਣ ਦੇ ਥੱਲੇ ਪਾਸੇ ਲਾ ਰੱਖਿਆ, ਤਾਂ ਕਿ ਜਿਹੜਾ ਮਾੜਾ ਮੋਟਾ ਭਾਫ ਜੀ ਉੱਡੇ ਉਹਦੇ ਨਾਲ ਇੰਜਣ ਵੀ ਨਾ ਗਰਮ ਹੋਵੇ। ਅਤੇ ਰੈਡੀਏਟਰ ਵੀ ਤੁਸੀਂ ਦੇਖ ਸਕਦੇ ਹੋ ਬਿਲਕੁਲ ਖੁੱਲ੍ਹਾ ਹੀ ਆ ਹਵਾ 'ਚ, ਅਤੇ ਬਹੁਤ ਹੀ ਘੱਟ ਖਰਚੇ ਦੇ ਵਿੱਚ ਬਹੁਤ ਹੀ ਜ਼ਿਆਦਾ ਪਾਣੀ ਮਤਲਬ ਕਿ ਇੱਧਰ ਤੋਂ ਇੱਧਰ ਕਰਨ ਲਈ ਇਹ ਕੰਮ ਆਉਂਦਾ ਜੀ। ਅਤੇ ਤੁਸੀਂ ਦੇਖੋ ਵੀ ਆ ਰਾਹ ਨਾ ਗਿੱਲਾ ਹੋ ਜਾਏ, ਨਾਲ ਦੀ ਨਾਲ ਇਹਨਾਂ ਕੋਲ ਇੱਕ ਪਲਾਸਟਿਕ ਜੀ ਹੈ ਇਹ ਵੀ ਇਹਦੇ ਥੱਲੇ ਲਾ ਦਿੰਦੇ ਨੇ ਇਹ, ਅਤੇ ਉਸ ਤੋਂ ਬਾਅਦ ਇਹ ਮਤਲਬ ਕਿ ਆਹ ਦੇਖੋ ਵੀ ਸਟਾਰਟ ਕਰ ਲਿਆ, ਅਤੇ ਹੁਣ ਇਹਨਾਂ ਚਲਾਉਣਾ ਸਟਾਰਟ ਕਰ ਦਿੱਤਾ ਜੀ। ਅਤੇ ਹੁਣ ਤੁਸੀਂ ਦੇਖਿਓ ਵੀ ਜਦੋਂ ਚੱਲੂਗਾ ਇਹ ਅਤੇ ਵੀ ਕਿੰਨਾ ਕੁ ਪਾਣੀ ਹੈ ਨਾ ਥੱਬੇ ਭਰ ਭਰ ਪਾਣੀ ਦੇ ਸੱਟੂਗਾ, ਦੇਖੋ ਜੀ ਤੁਸੀਂ। ਅਤੇ ਲਓ ਜੀ ਹੁਣ ਚੱਲਣ ਵਾਲਾ ਹੈ, ਆਹ ਦੇਖੋ ਵੀ ਤੁਸੀਂ ਇਹਨੂੰ ਖੁਸ਼ ਕਰਨ ਦੀ ਲੋੜ ਨਹੀਂ, ਨਾ ਪਾਣੀ ਚੁਕਾਉਣ ਦੀ ਲੋੜ ਨਾ ਕੁਛ, ਸਭ ਤੋਂ ਆਟੋਮੈਟਿਕ ਹੈ ਜੀ। ਦੇਖੋ ਵੀ ਵਿੱਚ ਹੀ ਗਾਰ ਗੂਰ ਪਤੰਦਰਾਂ ਦਾ ਹੈ ਨਾ ਦੱਬਦੀ ਯਾਰ, ਅਤੇ ਰੇਸ ਦੇਖੋ ਬਈ ਫੁੱਲ ਰੇਸ ਕਰਤੀ ਜਾਵਾਂ ਹੈ ਨਾ, ਜਨਰੇਟਰ ਵੀ ਜਾਵਾਂ ਧੂੰਆਂ ਧੋਰ ਹੋ ਗਿਆ, ਅਤੇ ਥੱਲੇ ਦੇਖੋ ਵੀ ਵਿੱਚ ਹੀ ਪੱਟੀ ਤਰ੍ਹਾਂ ਦਾ ਗਾਰ ਗੂਰ ਸਾਰਾ ਕੁਛ, ਅਤੇ ਪ੍ਰੈਸ਼ਰ ਤਾਂ ਤੁਸੀਂ ਦੇਖ ਸਕਦੇ ਹੋ ਵੀ ਕਿੰਨਾ ਪ੍ਰੈਸ਼ਰ ਅਤੇ ਕਿੰਨਾ ਕੁ ਪਾਣੀ ਯਾਰ, ਬੇਹਿਸਾਬਾ ਪਾਣੀ ਹੈ ਨਾ, ਅਤੇ ਮਿੰਟਾਂ ਸਕਿੰਟਾਂ ਵਾਲਾ ਕੰਮ ਕਰ ਸਕਦਾ ਬਾਈ ਇਹ, ਘੰਟਿਆਂ ਵਾਲਾ ਕੰਮ ਨਾ ਮਿੰਟਾਂ ਸਕਿੰਟਾਂ 'ਚ ਹੀ ਨਿਬੇੜ ਸਕਦਾ ਇਹ। ਤੁਸੀਂ ਐਂ ਲਾ ਲਓ ਵੀ ਆਪਣੇ ਨਹਿਰ ਨੂਹਰ 'ਤੇ ਲਾਇਆ ਹੋਵੇ ਪਤੰਦਰ, ਬਾਣਾਂ ਦੇ ਬਾਣ ਭਰਦੇ ਮਿੰਟੋ ਮਿੰਟੀ। ਅਤੇ ਆਹ ਤੁਸੀਂ ਦੇਖੋ ਵੀ ਇਹਨਾਂ ਨੇ ਰੋਕਿਆ ਗਿਆ, ਦੁਬਾਰੇ ਚਲਾਏ ਆ, ਅਤੇ ਇਹਨੂੰ ਬਸ ਇਹਨੂੰ ਫਿੱਟ ਕਰਕੇ ਰੱਖ ਦੇਣਗੇ, ਇਹਨੇ ਚੱਲਦਾ ਰਹਿਣਾ, ਅਤੇ ਆਟੋਮੈਟਿਕ ਇਹਨੇ ਸਾਰਾ ਆਪਦਾ ਸਿਸਟਮ ਹੈ ਪਾਣੀ ਇੱਧਰ ਤੋਂ ਇੱਧਰ ਕਰ ਲੈਣਾ, ਅਤੇ ਇਹਦੀ ਸਫਾਈ ਕਰਾ ਲੈਣਗੇ, ਅਤੇ ਵਾਪਸ ਫਿਰ ਇਹ ਪਾਣੀ ਪਾ ਦੂਗਾ। ਅਤੇ ਬਸ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ, ਤਾਂ ਕਰ ਹੋਰ ਭਰਾਵਾਂ ਨੂੰ ਵੀ ਪਤਾ ਲੱਗ ਸਕੇ ਹੈ ਨਾ। ਅਤੇ ਬਾਕੀ ਤੁਹਾਡੇ ਏਰੀਏ 'ਚ ਇਹਨੂੰ ਕੀ ਕਹਿੰਦੇ ਨੇ ਯਾਰ, ਇਹਨੂੰ ਕਈ ਥਾਵਾਂ 'ਚ ਬਰਮਾ ਪੱਖਾ ਅਲੱਗ ਅਲੱਗ ਨਾਵਾਂ ਨਾਲ ਜਾਣਿਆ ਜਾਂਦਾ, ਕਮੈਂਟਾਂ ਵਿੱਚ ਜ਼ਰੂਰ ਦੱਸਿਓ। ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ, ਜੇਕਰ ਵਧੀਆ ਲੱਗਦੀ ਹੁੰਦੀ ਹੈ ਤਾਂ ਸਾਰੇ ਵੀਰ ਮਤਲਬ ਕਿ ਪਿਆਰ ਬਹੁਤ ਦਿੰਦੇ ਹੋ ਚੈਨਲ ਨੂੰ ਤੁਸੀਂ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ। ਇਸ ਤਰ੍ਹਾਂ ਦੀ ਵੀਡੀਓ ਦੇਖਣ ਲਈ ਬਣੇ ਰਿਹਾ ਕਰੋ, ਅਤੇ ਮਿਲਦੇ ਹਾਂ ਜੀ ਇਸੇ ਤਰ੍ਹਾਂ ਦੀ ਕਿਸੇ ਹੋਰ ਘੈਂਟ ਵੀਡੀਓ ਨਾਲ। ਤਦ ਤੱਕ ਲਈ ਰੱਬ ਰੱਖਾ ਜੀ।